ਤਕਦੀਰ ਚੌਹਾਨ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜੇ ਮਹਿਮਾਨ ਪਹੁੰਚੇ ਨੇ ਸਵਾਮੀ ਦੀਪਾਂਕਰ ਜੀ, ਸਭ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਜੀ ਐਂ ਕਹਿੰਦੇ ਹਾਂ ਟੋਰਾਂਟੋ ਮੈਂ। ਨਮਸਕਾਰ ਜੀ। ਨਮਸਕਾਰ। ਸਭ ਪਹਿਲੇ ਜੀ, ਟੋਰਾਂਟੋ ਨਿਵਾਸੀਓ ਕੀ ਤਰਫ ਸੇ, ਹਮਾਰੇ ਟੀਵੀ ਪ੍ਰੋਗਰਾਮ ਕੀ ਤਰਫ ਸੇ ਆਪਕਾ ਹਾਰਦਿਕ ਹਾਰਦਿਕ ਸਵਾਗਤ ਹੈ ਜੀ ਆਪਕਾ। ਬਿਲਕੁਲ, ਹਮਾਰੀ ਤਰਫ ਸੇ ਵੀ ਬਹੁਤ ਬਹੁਤ ਸਭੀ ਕੋ ਪਿਆਰ ਔਰ ਸਭੀ ਕੋ ਸਰਦੀਓ ਕੀ ਮਿੱਠੀ ਮਿੱਠੀ ਸੇ ਠੰਡਕ ਔਰ ਬਹੁਤ ਬਹੁਤ ਸ਼ੁਭਕਾਮਨਾਵਾਂ। ਕੈਸਾ ਲੱਗ ਰਿਹਾ ਆਪਕੋ ਟੋਰਾਂਟੋ ਮੈਂ ਜਾ? ਬਿਲਕੁਲ, ਅਭੀ ਤੋ ਸਰਦੀ ਕੋ ਜ਼ਿਆਦਾ ਅਨੁਭਵ ਕਰ ਰਹੇ ਔਰ ਮਹਿਸੂਸ ਕਰ ਰਹੇ ਜੀ, ਪਰੰਤੂ ਪਿਆਰ ਕੇ ਤਾਪ ਸੇ ਵੋ ਸਰਦੀ ਥੋੜਾ ਕਮ ਲਗਤੀ ਹੈ। ਕਿਆ ਬਾਤ ਹੈ ਜੀ, ਬਹੁਤ ਬਹੁਤ ਖੈਰ ਜੀ, ਇਹ ਬਾਤ ਆਪਨੇ ਬਿਲਕੁਲ ਠੀਕ ਔਰ ਹਮਾਰੇ ਜੋ ਟੋਰਾਂਟੋ ਜੋ ਨਿਵਾਸੀ ਹੈ ਕਿ ਯਹਾਂ ਪੇ ਇੱਕ ਆਪ ਕਹਿ ਸਕਤੇ ਕਿ ਛੋਟਾ ਸਾ ਹਿੰਦੁਸਤਾਨ ਕਹਿ ਲਓ, ਆਪ ਛੋਟਾ ਸਾ ਪੰਜਾਬ ਕਹਿ ਲਓ, ਛੋਟਾ ਹਰ ਕਮਿਊਨਿਟੀ ਕੇ ਜੋ ਲੋਕ ਜੋ ਹੈ ਬੜਾ ਬਹੁਤ ਪਿਆਰ ਹੈ ਸਭੀ ਕਾ ਆਪਸ ਮੇਂ ਔਰ ਅੱਛੇ ਬਿਜ਼ਨਸ ਵੀ ਜੋ ਲੋਕ ਜੋ ਹੈ ਕਾਫੀ ਜੋ ਕਾਮ ਜੋ ਯਹਾਂ ਪੇ ਕਰ ਰਹੇ ਹੈ। ਬਿਲਕੁਲ, ਬੇਸਿਕ ਹੋਤਾ ਕਿਆ ਹੈ ਕਿ ਜਬ ਆਪਸ ਮੇਂ ਪਿਆਰ ਬਣਾ ਹੋ ਤੋ ਜ਼ਿੰਦਗੀ ਕੇ ਸ਼ਣੋ ਕਾ ਪਤਾ ਨਹੀਂ ਲਗਤਾ ਕਿ ਬੀਤ ਕਬ ਮੇਕੋ ਜਾਤੀ ਹੈ। ਜੀ 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 ਜੀ। ਔਰ ਜਬ ਹੀ ਵਹੀ ਪਿਆਰ ਦੇਖਨੇ ਕੋ ਕਮ ਮਿਲੇ ਤੋ ਜ਼ਿੰਦਗੀ ਜੀਣਾ ਦੂਬਰ ਹੋ ਜਾਤਾ ਹੈ, ਪਰੰਤੂ ਯਹਾਂ ਪਿਆਰ ਜ਼ਿਆਦਾ ਦੇਖਨੇ ਕੋ ਮਿਲਤਾ ਹੈ ਤੋ ਹਮੇਂ ਖੁਦ ਨਹੀਂ ਪਤਾ ਲਗਾ ਕਿ ਸਮੇਂ ਬੀਤ ਕੈਸੇ ਗਿਆ। ਕਿਆ ਬਾਤ। ਖੈਰ, ਇਹ ਤੋ ਬਾਤ ਆਪਨੇ ਦੇਖੀ ਹੋਗੀ ਕਿ ਹਮ ਲੋਗ ਜੋ ਸਾਇੰਸ ਜੋ ਹੈ, ਸਾਇੰਸ ਨੇ ਵੀ ਇਸ ਚੀਜ਼ ਕੋ ਪ੍ਰੂਵ ਕਰ ਦੀ ਹੈ, ਚਾਹੇ ਵੋ ਚੀਜ਼ ਕੋ ਆਪ ਇਨਸਾਨ ਤੇ ਲਗਾ ਲਓ। ਔਰ ਮੈਂ ਸਮਝਤਾ ਹੂੰ ਕਿ ਜੋ ਜਾਨਵਰ ਜੋ ਹੈ, ਜੋ ਹਮ ਲੋਗ ਕਹਤੇ ਹੈ ਕਿ ਉਨਕਾ ਦਿਮਾਗ ਬਹੁਤ ਕਮ ਹੋਤਾ ਹੈ, ਉਨਕੋ ਵੀ ਜੋ ਅੱਜ ਕੱਲ੍ਹ ਇਨਸਾਨ ਨੇ ਜੋ ਪਿਆਰ ਕੀ ਜੋ ਭਾਸ਼ਾ ਸੀ ਉਨਕੋ ਜੀਤ ਲਿਆ, ਉਨਕੋ ਆਪਣੇ ਬਸ ਮੇਂ ਕਰ ਲਿਆ। ਰਘੁਬੀਰ ਜੀ, ਕਹਾ ਯੇ ਜਾਤਾ ਹੈ, ਰਵਿੰਦਰ ਨਾਥ ਟੈਗੋਰ ਅਕਸਰ ਬੋਲਾ ਕਰਤੇ ਥੇ, ਬੋਲੇ ਕਿ ਜਿਸ ਸਮੇਂ ਤੁਮ ਗਾਤੇ ਹੋ ਉਸ ਸਮੇਂ ਪੇੜ ਝੂਮਤੇ ਹੈ। ਕਿਆ ਬਾਤ ਹੈ। ਵੋ ਪੇੜ ਝੂਮਤੇ ਹੈ ਜਿਨਕੇ ਬਾਰੇ ਮੇਂ ਤੁਮਕੋ ਪਤਾ ਨਹੀਂ ਹੋਤਾ। ਕਿਆ ਬਾਤ। ਪਰੰਤੂ ਜਬ ਤੁਮ ਪਿਆਰ ਸੇ ਉਨਮੇਂ ਪਾਣੀ ਚੜਾ ਦੇਤੇ ਹੋ ਯਾ ਪਾਣੀ ਪਿਲਾ ਦੇਤੇ ਹੋ, ਤਬ ਜਬ ਤੁਮ ਜਾਤੇ ਹੋ ਤਬ ਵੋ ਲਹਿਰਾਤੇ ਹੈ। ਕਿਆ ਬਾਤ ਹੈ। ਤੋ ਯੇ ਤੋ ਸਾਫ ਭਾਸ਼ਾ ਹੈ ਪਿਆਰ ਕੀ, ਹਰ ਕੋਈ ਸਮਝਤਾ ਹੈ, ਜਿਸਮੇਂ ਜਾਨ ਹੈ ਤੋ ਵੀ ਔਰ ਜਾਨ ਨਹੀਂ ਹੈ ਤੋ ਵੀ। ਕਿਆ ਬਾਤ। ਔਰ ਥੋੜੀ ਬਹੁਤ ਜੋ ਬਾਤਚੀਤ ਕਰਤੇ ਹਮ ਧਿਆਨ ਕੇ ਬਾਰੇ ਮੇਂ ਬਾਤ ਕਰਤੇ ਹੈ, ਜਿਸਕੋ ਮੈਡੀਟੇਸ਼ਨ ਬੋਲਤੇ ਹੈ, ਧਿਆਨ ਬੋਲਤੇ ਹੈ, ਕਿਉਂਕਿ ਮੈਂ ਇਹ ਸਮਝਦਾ ਕਿ ਅੱਜ ਕੱਲ੍ਹ ਜੋ ਜਨ ਜੀਵਨ ਮੇਂ ਹਮਾਰੇ ਜੋ ਖਾਸ ਕਰ ਚਲੋ ਮੈਂ ਇਹ ਵੀ ਬਾਤ ਕਰਤੇ ਹੈ, ਯਹਾਂ ਪਰ ਵੀ ਯਾ ਹਿੰਦੁਸਤਾਨ ਮੇਂ ਤਨਾਵ ਬਹੁਤ ਜ਼ਿਆਦਾ ਹੈ, ਟੈਨਸ਼ਨ ਬਹੁਤ ਜ਼ਿਆਦਾ ਹੈ, ਪੈਸਾ ਬਹੁਤ ਹੈ, ਪਤਨੀ ਬੜੀ ਸੁੰਦਰ ਹੈ, ਬੱਚੇ ਬਹੁਤ ਅੱਛੇ ਹੈ, ਬਹੁਤ ਕਰੋੜੋਂ ਡਾਲਰ ਰੁਪੀਸ ਗਿਣੇ ਨਹੀਂ ਜਾਤੇ, ਫਿਰ ਵੀ ਜੋ ਸ਼ਾਂਤੀ ਜੋ ਹੈ, ਜੋ ਤਨਾਵ ਜੋ ਹੈ, ਵੋ ਉਸਕੀ ਜੋ ਮੇਨ ਪਰੇਸ਼ਾਨੀ ਇਸ ਬਾਰੇ ਵੀ ਕਹਿਣਾ ਚਾਹਤੇ ਹੈ। ਬੇਸਿਕ ਹੋਤਾ ਕਿਆ ਹੈ ਰਘੁਵੀਰ ਜੀ, ਜਬ ਇਨਸਾਨ ਕੇ ਪਾਸ ਪੈਸਾ ਆ ਜਾਤਾ ਹੈ ਜੀ, ਤਬ ਇਨਸਾਨ ਕੇ ਪਾਸ ਸ਼ਾਂਤੀ ਬਹੁਤ ਕਮ ਹੋਤੀ ਹੈ, ਜਿਸਕੋ ਕਹੇ ਕਿ ਪੀਸਫੁਲ ਇਨਸਾਨ ਨਹੀਂ ਹੋਤਾ ਜੀ, ਯਾ ਯੇ ਕਹੇ ਕਿ ਕਹਾ ਕੁਛ ਲੋਗ ਯੇ ਵੀ ਕਹਤੇ ਹੈ ਕਿ ਆਜ ਇਨਸਾਨ ਕੇ ਪਾਸ ਪੈਸਾ, ਸ਼ੋਹਰਤ, ਰੁਤਬਾ, ਧਨ ਦੌਲਤ ਸਭ ਕੁਛ ਹੈ, ਪਰ ਸ਼ਾਂਤੀ ਨਹੀਂ ਹੈ ਜੀ। ਅੱਜ ਦੁਨੀਆ ਕੇ ਉਸ ਮੁਕਾਮ ਪਰ ਵੋ ਪਹੁੰਚ ਗਿਆ ਜਿਸ ਮੁਕਾਮ ਸੇ ਨੀਚੇ ਕਾ ਸੂਰਯ ਦਿਖਤਾ ਨਹੀਂ ਹੈ, ਪਰੰਤੂ ਕੋਈ ਪਿਆਰ ਸੇ ਪੁਚਕਾਰ ਕਰ ਕਹਿਣੇ ਵਾਲਾ ਨਹੀਂ ਹੈ, ਬੋਲੇ ਕਿ ਪਾਪਾ ਗੇ ਦਿਲਾ ਦੀਜੀਏ ਜੀ ਜੀ ਜੀ। ਤੋ ਜਬ ਇਨਸਾਨ ਤਨਾਵ ਮੇਂ ਆਤਾ ਹੈ ਔਰ ਤਨਾਵ ਕੀ ਕੋਈ ਪਰਾਕਾਸ਼ਠਾ ਨਹੀਂ ਹੋਤੀ ਕਿ ਵੋ ਛੋਟੇ ਬੜੇ ਮੰਜਲੇ ਯਾ ਬੀਚ ਵਾਲੇ ਬ੍ਰਦਰ, ਵੋ ਤੋ ਹਰੇਕ ਕੇ ਉਪਰ ਹਾਵੀ ਹੈ ਜੀ ਜੀ। ਚਾਹੇ ਵੋ ਕਿਸੀ ਕੋ ਨੌਕਰੀ ਪਾਨੇ ਕੀ ਲਾਲਸਾ ਹੋ, ਚਾਹੇ ਵੋ ਕਿਸੀ ਕੋ ਇੱਕ ਤਰੱਕੀ ਕੀ, ਯਾ ਯੇ ਕਹੇ ਕਿ ਆਮ ਇਮਨ ਮੇਂ ਜੀਵਨ, ਆਮ ਹਮੂਮਨ ਜੀਵਨ ਜੀਨੇ ਕੀ, ਯਾ ਯੇ ਕਹੇ ਕਿ ਜੀਵਨ ਕੋ ਸਮਝਨੇ ਕੀ, ਇੱਕ ਲਾਲਸਾ ਹੈ ਜੋ ਖਤਮ ਨਹੀਂ ਹੋਤੀ, ਪਰੰਤੂ ਜਬ ਇਸ ਲਾਲਸਾ ਮੇਂ ਕੰਪਟੀਸ਼ਨ ਆ ਜਾਤਾ ਹੈ, ਈਗੋ ਆਪਸ ਮੇਂ ਟਕਰਾਨੇ ਲਗਤੀ ਹੈ, ਕੰਪਲੈਕਸ ਮੈਚ ਨਹੀਂ ਕਰਤੇ, ਉਸ ਸਮੇਂ ਇਨਸਾਨ ਤਨਾਵਗ੍ਰਸਤ ਹੋ ਜਾਤਾ ਹੈ। ਪਰੰਤੂ ਹਮ ਲੋਗੋ ਕਾ ਮਾਨਨਾ ਹੈ ਮੈਡੀਕੇਸ਼ਨ ਟੂ ਮੈਡੀਟੇਸ਼ਨ, ਦਵਾਓਂ ਸੇ ਧਿਆਨ ਕੀ ਓਰ, ਧਿਆਨ ਵੋ ਜੋ ਜ਼ਿੰਦਗੀ ਬਦਲ ਦੇ, ਧਿਆਨ ਵੋ ਜੋ ਜ਼ਿੰਦਗੀ ਕੋ ਇੱਕ ਨਈ ਦਿਸ਼ਾ ਦੇ, ਧਿਆਨ ਵੋ ਜੋ ਜ਼ਿੰਦਗੀ ਜੀਣਾ ਸਿਖਾਤਾ ਹੈ, ਪ੍ਰੈਜ਼ੈਂਟ ਇਨ ਦਾ ਲਿਵਿੰਗ। ਸੁਕਰਾਤ ਕੀ ਇੱਕ ਬਾਤ ਹਮੇ ਅਕਸਰ ਯਾਦ ਆਤੀ ਹੈ, ਬੋਲੇ ਕਿ ਨੌਲੇਜ ਇਜ਼ ਅ ਵਰਚੂ, ਅਗਰ ਜੋ ਗਿਆਨ ਹੈ ਤੋ ਉਸਕੇ ਆਗੇ ਸਭ ਫੇਲ ਹੈ, ਤੋ ਯੇ ਵਹੀ ਗਿਆਨ ਹੈ ਜੋ ਜੀਵਨ ਜੀਨੇ ਕੇ ਆਧਿਆਤਮ ਕੋ ਸਮਝਾ ਦੇਤਾ ਹੈ ਜੀ। ਖੈਰ, ਮੈਂ ਆਪਕੀ ਬਾਤ ਕੇ ਸਾਥ ਬਿਲਕੁਲ ਸਹਿਮਤ ਹੂੰ, ਲੇਕਿਨ ਅਗਰ ਹਮ ਲੋਗ ਕਈ ਚੀਜ਼ ਜੋ ਹੋਤੀ ਹੈ, ਹਮ ਲੋਗ ਅਕਸਰ ਜੋ ਹੈ ਕਿਤਾਬੇ ਜੋ ਹੈ ਸ਼ਾਸਤਰ ਭਰੇ ਪੜੇ ਹੈ, ਯੇ ਬਾਤੋਂ ਸੇ ਬਹੁਤ ਕੁਝ ਲਿਖਾ ਗਿਆ ਧਿਆਨ ਕੇ ਬਾਰੇ ਮੇਂ, ਮੈਡੀਟੇਸ਼ਨ ਕੇ ਬਾਰੇ ਮੇਂ, ਤਪੱਸਿਆ ਕੇ ਬਾਰੇ ਮੇਂ, ਲੇਕਿਨ ਅਗਰ ਹਮ ਪ੍ਰੈਕਟੀਕਲ ਜੋ ਹੈ ਆਮ ਇਨਸਾਨ ਕੀ ਬਾਤ ਕਰਦੇ ਹੈ, ਜਨ ਜੀਵਨ ਕੇ ਬਾਰੇ ਮੇਂ ਬਾਤ ਕਰਦੇ ਹੈ, ਤੋ ਕਿਆ ਹੈ ਕਿ ਮੈਂ ਸਮਝਦਾ ਹੂੰ ਕਿ ਜੋ ਜਬ ਹਮ ਘਰ ਸੇ ਬਾਹਰ ਨਿਕਲਤੇ ਹੈ, ਤੋ ਜੋ ਘਰ ਸੇ ਕਦਮ ਬਾਹਰ ਰੱਖਤੇ ਹੀ ਨੈਗੇਟਿਵ ਐਨਰਜੀਜ਼ ਕਾ, ਮੋਹ ਮਾਇਆ ਕਾ ਇਤਨਾ ਬੜਾ ਜੋ ਜਾਲ ਹਮ ਕਹਿਤੇ ਕਹਿਤੇ, ਆਪਨੇ ਬੜੀ ਅੱਛੀ ਬਾਤ ਕੀ, ਚਾਹੇ ਇਨਸਾਨ ਅਮੀਰ ਹੈ ਜਾਂ ਗਰੀਬ, ਉਸਕਾ ਤਨਾਵ ਸੇ ਕੋਈ ਲਿੰਕ ਨਹੀਂ ਹੈ, ਤਨਾਵ ਆ ਜਾਤਾ ਹੈ। ਲੇਕਿਨ ਮੈਂ ਫਿਰ ਵੀ ਆਪ ਜੋ ਹੈ ਆਪ ਬੜਾ ਅੱਛਾ ਜੋ ਕਾਮ ਕਰ ਰਹੇ ਹੈ, ਮੈਂ ਤੋ ਆਪਕੋ ਪਹਿਲੇ ਬਧਾਈ ਦੇਣਾ ਚਾਹਤਾ ਹੂੰ ਕਿ ਆਪਣੇ ਯੇ ਲੋਗੋਂ ਕੋ ਸਮਝਾ ਰਹੇ ਹੈਂ, ਲੇਕਿਨ ਮੈਂ ਇਹ ਸਮਝਦਾ ਹੂੰ ਕਿ ਇਸ ਚੀਜ਼ ਕੋ ਇਤਨਾ ਆਸਾਨ ਨਹੀਂ ਹੈ, ਕਿਉਂਕਿ ਜੋ ਅਗਰ ਆਪਣਾ ਮਨ ਮਨ ਕੀ ਬਾਤ ਕਰੇ ਜਾਂ ਧਿਆਨ ਕੀ ਬਾਤ ਕਰੇ, ਕਿ ਇਸਕੋ ਇਤਨੀ ਜਲਦੀ ਮਤਲਬ ਜਾਂ ਪ੍ਰੈਕਟਿਸ ਕਰਕੇ ਕੰਟਰੋਲ ਕੀਤਾ ਜਾ ਸਕਦਾ ਹੈ? ਦੇਖੀਏ, ਇੱਕ ਇਨਸਾਨ ਸ਼ੁਰੂਆਤ ਤੋਂ ਕਰੇ ਜੀ,
एक इंसान जब शुरुआत करता है तो हकीकत में वो जिंदगी को पढ़ने लगता है, समझने लगता है जी। परंतु मात्र देख लेने से या समझ लेने से नहीं जी। उसमें उतरना भी पड़ता है जी। उसे जीना भी पड़ता है जी। क्योंकि कहा यह जाता है कि जब इंसान किसी भी चीज को करता है तो उसमें एक उसके प्रति एक पैशन होता है, उसके प्रति एक उसकी जो लगन होती है, ये कहूं कि शिद्दत से जिस किसी की चीज का इंतजार कर रहा होता है वो चीज सामने होती है तो वो स्वतः इंसान को सिखा देती है, बशर्ते ये कि इंसान तैयार तो हो जी, इंसान समझे तो सही जी। जिस दिन वो समझने के लिए उसको एक जनून में आ जाता है उस समय ये चीजें खड़ी मात्र उसका इंतजार करती हैं। और जहां तक बात है शास्त्रों की, शास्त्रों को पढ़िए, भगवान को समझिए, खुदा को समझिए, अल्लाह को समझिए, तमाम उस चीज को समझिए जो रूहानियत में अपने आप की एक असीम जगह रखती है। पर उन तमाम चीजों से पहले स्वयं को समझिए। अगर वो खुद को समझ नहीं पाए तो तुम किसी को क्या समझोगे? अगर जो तुम अपने भीतर नहीं उतर पाए तो क्या तुम दूसरे के दिल में जगह बना सकते हो? ये तो पहले खुद को समझना ज्यादा महत्वपूर्ण है। ये तो बात आपने बड़ी सी बात बताई, क्योंकि हम लोग जो है भगवान की बात करते हैं या मैं समझता हूँ कुछ भी बात करते हैं, अगर हम अपने आप से ही बहुत दूर हैं तो हम दूसरे को नहीं जान सकते। जैसे आपने की मैं तस्वीर देख रहा था मैं, तो मेरे मन में एक मेरा सवाल आया कि आपने आम अक्सर बात की जाती है ध्यान के बारे में, बात की जाती है तो आंखों आंखें बंद करने की बात की जाती है जी, तो क्या ये आंखें खोल के ध्यान नहीं लगता? देखिए साहब, इस पर हमारा बस चलता है इसलिए बंद कर देते हैं, क्योंकि ध्यान की जितनी भी विधि है आंखों को बंद कर कर कही गई है जी। तो ध्यान कहा जाता है कि आंखों पर हमारा बस चलता है तो इसलिए बंद कर लेते हैं, परंतु कानों को चाहकर भी बंद नहीं कर पाते। यही मेरा सवाल था कि जैसे हमने आंखों को तो बंद कर लिया जी, तो जो हमारे मन की जो आंखें हैं जो जो पल में यूं घूम जाती हैं और वहां चली जाती हैं, तो उन उसको बंद करने के लिए क्या हम आंखें खोल के नहीं बंद? सर, मन को जैसा है रहने दीजिए, मन पर कतई अंकुश मत लगाइएगा। मन पर अंकुश लगना अर्थात स्वयं के व्यक्तित्व पर अंकुश लग जाना जी। एक बात मुझे याद आती है, किसी ने किसी प्रोग्राम में हमसे पूछा कि मेरा मन बड़ा बेचैन है स्वामी जी, मैं क्या करूं जी? तो हमारा आगे से उत्तर यह था कि उस मन को वैसा ही रहने दीजिए जैसे वो है जी। आप उसको पकड़ना चाहते हैं, यही तुम्हारी बेचैनी का कारण है जी। वो जिस स्वतंत्र सत्ता में उड़ रहा है उसको उड़ने दीजिए। मानो कि एक पंछी को तुम पिंजरे में बांध कर रख दो तो वो स्वतः ही तड़पने लगेगा। जिसके लिए परमात्मा ने इतना बड़ा स्वतंत्र आकाश खोला है उसे तुम पिंजरे में बांधो, उसी प्रकार मन है। पंछी के उड़ने की सीमा होती है, मन के जाने की सीमा नहीं होती। आज यहाँ है, थोड़ी देर में यूएस में मिलेगा, उसके बाद कहीं कहीं कहीं। तो मन एक वो सत्ता है जिसको विचरण करना ही है, तो उसके विचरण को जियो तो मन फिर दुखी नहीं करेगा। मेरे कहने का मतलब यह था कि जैसे आपने बताया कि चलो मन को कुछ नहीं करना चाहिए, मन को जो जैसे करता करना, लेकिन जो ध्यान जो है जो जो ध्यान की जो जो हम शुरुआत करते हैं, तो अगर हमारा जो मन जो है ठीक है, मैं मानता हूँ कि अगर हम उसको ज्यादा दबाएंगे तो वो ज्यादा उछलेगा, बिल्कुल। अगर लेकिन अगर हमने अपने मन को भी कंट्रोल करना है या उसको एक क्या कहते हैं, जैसे क्या होता है कि कई बार क्या होता है कि नदी की बड़ी बाढ़ आ जाती है, तो बाढ़ आती है तो अभी बाढ़ तो आएगी आएगी, जो जो इंजीनियर जो लोग हैं उसकी डायरेक्शन चेंज कर देते हैं, वो कहते हैं कि चलो इस तरफ पानी चला जाए, इस तरफ जरूरत है पानी की। मेरे कहने का मतलब कि अगर कोई ऐसी विधि से अपने मन के बहाव को अगर पहले बदल लें तो ध्यान लगे तो ज्यादा बेटर। हमारा मानना यह है कि अगर जो बाढ़ आ रही है तो ठीक है, उससे हमको अपने आप को बचाना चाहिए, परंतु अगर जो वो बाढ़ हमारे भीतर को क्लीन कर कर चली जाए तो मैं इंतजार करता हूँ उस बाढ़ का कि वो बाढ़ आए। इसमें इतनी नेगेटिविटी भरी हुई है, कब जाएगी? जिस प्रकार कोई महिला आप देखते हैं कि पानी पर मतलब पानी हाथ में लेती है और फ्रश पर डाल देती है, जो कूड़ा करकट होता है वो बह जाता है और जो फ्रेशनेस होती है, क्लीनिंग होती है, वो सामने आ जाती है। ठीक उसी प्रकार जो मन में तमाम नेगेटिविटी भरी हुई है, जब तक उस पर आध्यात्म रूपी पानी नहीं पड़ेगा या ये कहें कि बाढ़ नहीं आएगी, तब तक वहां से क्लीन नहीं होगा। आदरणीय, ये प्याला खाली ज्यादा अच्छा लगता है बशर्ते भरे हुए। खाली है तो इसमें कुछ डाला जा सकता है, अब इसमें भरे हुए में क्या डालिएगा साहब? पहले पहले जो नेगेटिविटी पहले भरी हुई है उसको साफ कीजिए। तो अच्छा, मेरा अगला ये सवाल था कि कह रही आपने बड़ी सी बात बताई, तो मेरा ये सवाल था कि जो ध्यान जो हम तो ध्यान लगाते हैं जी, तो जब आप लोग ध्यान सिखाते हैं तो इसके फिर सेशंस ऐसा ऐसा प्रैक्टिस करवाते हैं ध्यान लगाने की? बिल्कुल, ये एक शुरुआत है और ये कहें कि एक उत्सव है जी। ध्यान कोई तनाव का कार्य नहीं, एक उत्सव का कार्य है जी। वो ध्यान ही क्या जिसमें उत्सव ना हो, ध्वनि ना हो जी, ये कहें कि नृत्य ना हो, या ये कहें कि जो जीवन जीने की कला ना हो, ये तमाम प्रसन्नता का विषय है, उत्सव का विषय है। जो ध्यान से जैसे आपने बताया कि ध्यान एक तो जैसे हम लोग पहले देखते थे ऋषि मुनि जो लोग थे बैठते थे तो ध्यान में उन्हें तपस्या करते थे, तपस्या अलग हो गई, ध्यान अलग हो गया। तो ध्यान सिर्फ ये ध्यान
भगवान तक पहुंचने का रास्ता है या सिर्फ शरीर के तनाव को दूर करने का बताते हैं? आदरणीय, जिस समय शरीर से तनाव दूर हो जाएगा उस समय भगवान साक्षात सामने होगा, परंतु होता है इतना ही कि हम उसको एक व्यक्ति समझते हैं कि भगवान सामने दिखे, परंतु ऐसा नहीं होता। एक बात हमें आती है याद कि कहता क्या है कि या खुदा मुझे ऐसी खुदाई ना दे कि मुझे अपने सिवा दूसरा दिखाई ना दे, और खतावार समझेगी दुनिया तुझे, अब हर बात की तू मुझको दुहाई ना दे। मैं जानता हूं तू मेरे नजदीक है, तू एहसास ऐसा रहे सामने और मुझे दिखाई ना दे। वो आंखें तो लाइए साहब, वो तो सामने तुम्हारा इंतजार कर रहा है, अब हम ही ना देख पाए तो गिला और शिकवा उससे क्या करिएगा। बहुत बहुत हमारी बात चल रही है स्वामी दिवंगत जी से, और आपने जाना नहीं, और बहुत बड़ी अच्छी बातें बता रहे हैं ध्यान के बारे में, और मिलते हैं छोटी सी ब्रेक के बाद।